ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਗੱਲ ਕਰਾਂਗੇ ਜੀ ਪਾਰਲੇ ਜੀ ਬਿਸਕੁਟ ਦੇ ਬਾਰੇ ਵਿੱਚ, ਕਿ ਕਿਸ ਤਰ੍ਹਾਂ ਇਹ ਫੈਕਟਰੀ ਤੋਂ ਤਿਆਰ ਹੋ ਕੇ ਤੁਹਾਡੇ ਤੱਕ ਪਹੁੰਚਦਾ। ਕਿਉਂਕਿ ਪਾਰਲੇ ਜੀ ਬਿਸਕੁਟ ਜਿਹੜਾ ਹੈਗਾ ਵਾ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰੇਕ ਦਾ ਪਸੰਦੀਦਾ ਬਿਸਕੁਟ ਆ, ਅਤੇ ਹਰੇਕ ਇਨਸਾਨ ਨੇ ਇਸ ਬਿਸਕੁਟ ਨੂੰ ਜ਼ਰੂਰ ਖਾਧਾ ਹੋਊਗਾ। ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ, ਅਤੇ ਆਪਾਂ ਸ਼ੁਰੂ ਕਰਦੇ ਹਾਂ ਜਿੱਥੋਂ ਕਿ ਇਸ ਦਾ ਮਿਕਸਚਰ ਜੋ ਆ ਰਲਾਇਆ ਜਾਂਦਾ ਵਾ। ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ, ਇੱਕ ਮਸ਼ੀਨ ਦੇ ਜ਼ਰੀਏ ਮਿਕਸਚਰ ਰਲਾ ਕੇ ਅੱਗੇ ਲਿਆਂਦਾ ਜਾਂਦਾ, ਅਤੇ ਇਸ ਨੂੰ ਅੱਗੇ ਫਿਰ ਰਲਾਇਆ ਜਾਂਦਾ ਵਾ, ਅਤੇ ਇਹਦੇ ਵਿੱਚ ਜੋ ਵੀ ਮਟੀਰੀਅਲ ਪੈਂਦਾ ਵਾ ਸਾਰਾ ਰਲਾ ਕੇ ਇਕੱਠਾ ਕਰਕੇ ਅੱਗੇ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਵਾ, ਜਿਸ ਤਰ੍ਹਾਂ ਕਿ ਤੁਸੀਂ ਹੁਣ ਵੀਡੀਓ ਨੂੰ ਦੇਖ ਹੀ ਰਹੇ ਹੋ। ਕਿਉਂਕਿ ਪਾਰਲੇ ਜੀ ਬਿਸਕੁਟ ਕਾਫੀ ਲੰਮੇ ਸਮੇਂ ਤੋਂ, ਕਈ ਸਾਲਾਂ ਤੋਂ ਹਰੇਕ ਦਾ ਪਸੰਦੀਦਾ ਬਿਸਕੁਟ ਰਿਹਾ ਵਾ, ਅਤੇ ਬਹੁਤ ਹੀ ਵਧੀਆ ਬਿਸਕੁਟ ਰਿਹਾ ਵਾ। ਇਸ ਤੋਂ ਬਾਅਦ ਇਸ ਮਟੀਰੀਅਲ ਨੂੰ ਇੱਕ ਸਾਂਚੇ ਰਾਹੀਂ ਕੱਢ ਕੇ ਬਿਸਕੁਟ ਤਿਆਰ ਕੀਤੇ ਜਾਂਦੇ ਆ। ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ, ਇੱਕ ਪਟੇ ਉੱਪਰ ਇਹ ਬਿਸਕੁਟ ਚੱਲ ਰਹੇ ਆ ਹੁਣ, ਅਤੇ ਹੀਟ ਦੇਣ ਲਈ ਇਸ ਨੂੰ ਅੱਗੇ ਭੇਜਿਆ ਜਾ ਰਿਹਾ ਵਾ। ਇਹ ਇੱਕ ਸਾਂਚੇ ਬਣੇ ਹੋਏ ਆ, ਇੱਕੋ ਜਿਹਾ ਸਾਈਜ਼, ਇੱਕੋ ਜਿਹੀ ਵਰਾਇਟੀ, ਸਵਾਦ ਵੀ ਇੱਕੋ ਹੀ, ਕਿਉਂਕਿ ਕੋਈ ਵੀ ਬਿਸਕੁਟ ਦਾ ਸਵਾਦ ਵੱਖਰਾ ਨਹੀਂ ਆਉਂਦਾ, ਕੋਈ ਸਾਈਜ਼ ਦਾ ਕੋਈ ਫਰਕ ਨਹੀਂ ਹੁੰਦਾ। ਅਤੇ ਉਸ ਤੋਂ ਬਾਅਦ ਜਦੋਂ ਬਿਸਕੁਟ ਤਿਆਰ ਹੋ ਕੇ ਅੱਗੇ ਆ ਜਾਂਦਾ, ਤਾਂ ਜੋ ਛੋਟੇ ਟੁਕੜੇ ਜਾਂ ਖਰਾਬ ਬਿਸਕੁਟ ਹੁੰਦੇ ਆ, ਉਹਨਾਂ ਨੂੰ ਵਿੱਚੋਂ ਛਾਂਟ ਲਿਆ ਜਾਂਦਾ ਵਾ, ਅਤੇ ਛਾਂਟ ਕੇ ਉਹ ਬਿਸਕੁਟ ਬਾਹਰ ਕੱਢ ਦਿੱਤੇ ਜਾਂਦੇ ਆ। ਅਤੇ ਉਸ ਤੋਂ ਅੱਗੇ ਕੀ ਹੁੰਦਾ, ਮਸ਼ੀਨ ਰਾਹੀਂ ਹੀ ਇਹ ਬਿਸਕੁਟ ਅੱਗੇ ਜਾਣੇ ਸ਼ੁਰੂ ਹੋ ਜਾਂਦੇ ਆ, ਜਿਵੇਂ ਕਿ ਤੁਸੀਂ ਆਹ ਹੁਣ ਦੇਖ ਹੀ ਰਹੇ ਹੋ। ਇਹ ਹੁਣ ਬਿਸਕੁਟ ਅੱਗੇ ਜਾ ਰਹੇ ਆ, ਜੋ ਕਿ ਛਾਂਟੀ ਹੋ ਗਏ ਆ। ਛਾਂਟਣ ਤੋਂ ਬਾਅਦ ਇਹ ਬਿਸਕੁਟ ਅੱਗੇ ਜਾਂਦੇ ਆ, ਅਤੇ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਇੱਕ ਵਾਰ ਚੱਕ ਕੇ ਦੂਸਰੀ ਮਸ਼ੀਨ ਦੇ ਅੱਗੇ ਰੱਖਿਆ ਜਾਂਦਾ ਵਾ, ਕਿਉਂਕਿ ਇਹ ਬਿਸਕੁਟ ਜੋ ਜਿਹੜੇ ਸਹੀ ਹੈ ਬਿਲਕੁਲ, ਇਹ ਪੈਕ ਹੋਣੇ ਆ ਹੁਣ। ਅਤੇ ਪੈਕ ਹੋਣ ਲਈ ਇਹ ਦੇਖੋ, ਇਹ ਮਸ਼ੀਨ ਜੋ ਆ ਬਿਲਕੁਲ, ਕਿਉਂਕਿ ਸਾਈਜ਼ ਸਭ ਦਾ ਇੱਕ ਆ, ਇਸ ਕਰਕੇ ਉਨੇ ਹੀ ਬਿਸਕੁਟਾਂ ਨੂੰ ਅੱਗੇ ਭੇਜਦੀ ਹੈ ਮਸ਼ੀਨ ਇਹ, ਅਤੇ ਬਿਸਕੁਟ ਪੈਕ ਹੋਣੇ ਸ਼ੁਰੂ ਹੋ ਜਾਂਦੇ ਆ। ਅਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇੱਕ ਉੱਪਰੋਂ ਪੇਪਰ ਆ ਰਿਹਾ ਵਾ, ਜੋ ਕਿ ਬਿਸਕੁਟ ਇਸ ਦੇ ਵਿੱਚ ਪੈਕ ਹੋ ਰਹੇ ਆ। ਅਤੇ ਪੈਕ ਹੋਣ ਤੋਂ ਬਾਅਦ ਅੱਗੇ ਮਸ਼ੀਨ ਇਸ ਨੂੰ ਲੈ ਆਉਂਦੀ ਇਹਨਾਂ ਨੂੰ, ਅਤੇ ਅੱਗੇ ਇੱਕ ਕਰਮਚਾਰੀ ਇਹਨਾਂ ਦਾ ਖੜ੍ਹਾ ਹੁੰਦਾ, ਜੋ ਕਿ ਬਿਸਕੁਟਾਂ ਨੂੰ ਇੱਕ ਪੈਕਟ ਦੇ ਵਿੱਚ ਭਰ ਦਿੰਦਾ ਵਾ, ਜਿਵੇਂ ਕਿ ਆਹ ਤੁਸੀਂ ਦੇਖੋਗੇ, ਇਹ ਦੇਖੋ। ਅਤੇ ਮਸ਼ੀਨ ਰਾਹੀਂ ਹੀ ਇਸ ਨੂੰ ਸੀਲ ਕੀਤਾ ਜਾਂਦਾ ਵਾ, ਅਤੇ ਸੀਲ ਕਰਨ ਤੋਂ ਬਾਅਦ ਇਸ ਨੂੰ ਇੱਕ ਵੱਡੇ ਬਾਕਸ ਦੇ ਵਿੱਚ ਪਾ ਦਿੱਤਾ ਜਾਂਦਾ, ਜੋ ਕਿ ਮੈਂ ਅੱਗੇ ਤੁਹਾਨੂੰ ਦਿਖਾ ਰਿਹਾ ਵਾਂ। ਇਹ ਦੇਖੋ, ਮਸ਼ੀਨ ਅੱਗੇ ਲੈ ਕੇ ਜਾਊਗੀ, ਅਤੇ ਇਸ ਬਾਕਸ ਦੇ ਵਿੱਚ ਪਾ ਕੇ ਇਸ ਨੂੰ ਮਾਰਕੀਟ ਵਿੱਚ ਭੇਜਣ ਲਈ ਤਿਆਰ ਕਰ ਦਿੱਤਾ ਜਾਂਦਾ। ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ? ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਅਤੇ ਆਪਣੇ ਇਸ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ, ਅਤੇ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ।